ਕਸਰੋ ਵਾਲਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਹੋਏ ਸੀ ਕਿ ਬਰਕਤ ਲਈ ਕੋਈ ਛੋਟਾ ਜਿਹਾ ਵਜ਼ੀਫਾ ਦੱਸਿਆ ਜਾਵੇ ਜਿਸ ਨਾਲ ਸਾਡੇ ਪੈਸੇ ਵਿੱਚ ਬਰਕਤ ਰਹੇ ਸੋ ਦੋਸਤੋ ਇਸ ਲਈ ਅੱਜ ਆਪ ਸਭ ਲਈ ਬਹੁਤ ਹੀ ਛੋਟਾ ਜਿਹਾ ਤੇ ਬਹੁਤ ਹੀ ਤਾਕਤਵਰ ਵਜ਼ੀਫਾ ਲੈ ਕੇ حاضر ਹੋਏ ਹਾਂ ਬਰਕਤ ਵਾਸਤੇ ਇਸ ਵਜ਼ੀਫੇ ਨਾਲ ਤੁਹਾਡੇ ਪੈਸੇ ਵਿੱਚ ਬਰਕਤ ਹੋਵੇਗੀ ਧੰਨ ਵਿੱਚ ਬਰਕਤ ਹੋਵੇਗੀ ਅਤੇ ਨਾਲ ਹੀ ਤੁਹਾਡੇ ਕਾਰੋਬਾਰ ਵਿੱਚ ਕੰਮਕਾਰ ਵਿੱਚ ਬਰਕਤ ਹੋਵੇਗੀ ਇਸ ਅਜ਼ੀਮੇ ਨੂੰ ਪੜਨ ਨਾਲ ਅੱਲਾਹ تعالی ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਰਿਜ਼ਕ ਖੈਰ ਬਰਕਤ ਦੇਵੇਗਾ ਦੋਸਤੋ ਇਸ ਅਜ਼ੀਮੇ ਨੂੰ ਤੁਸੀਂ ਸਵੇਰੇ ਜਦ ਤੁਸੀਂ ਆਪਣੇ ਕਾਰੋਬਾਰ ਲਈ ਜਾਂਦੇ ਆ ਤਾਂ ਸਵੇਰੇ ਇਸ ਅਜ਼ੀਮੇ ਨੂੰ ਪੜ ਕੇ ਆਪਣੇ ਘਰੋਂ ਨਿਕਲਣਾ ਹੈ ਤੇ ਸ਼ਾਮ ਨੂੰ ਜਦ ਤੁਸੀਂ ਉਣਾਇਆ ਆਪਣੇ ਕੰਮ ਤੋਂ ਉਸ ਵੇਲੇ ਵੀ ਇਸ ਵਜ਼ੀਫੇ ਨੂੰ ਪੜ੍ਹ ਕੇ ਹੀ ਕਰ ਵਾਪਸ ਆਉਣਾ ਹੈ ਇਸ ਵਜ਼ੀਫੇ ਨੂੰ ਪੜ੍ਹਨ ਦਾ ਤਰੀਕਾ ਬਹੁਤ ਹੀ ਆਸਾਨ ਹੈ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਇਸ ਵਜ਼ੀਫੇ ਨੂੰ ਪੜ੍ਹਨ ਦੇ ਤਰੀਕੇ ਨੂੰ ਸਮਝਣਾ ਹੈ ਸੁਣਨਾ ਹੈ ਦੋਸਤੋ ਸਿਰਫ 19 ਵਾਰ ਤੁਸੀਂ ਇਸ ਵਜ਼ੀਫੇ ਨੂੰ ਪੜ੍ਹਨਾ ਹੈ ਕਰ ਤੋਂ ਜਾਣ ਲੱਗੇ ਹਾਂ ਦੇ ਵੀ 19 ਵਾਰ ਪੜ੍ਹਨਾ ਹੈ ਤੇ ਕਰ ਵਾਪਸੀ ਵੇਲੇ ਵੀ 19 ਵਾਰ ਇਸ ਵਜ਼ੀਫੇ ਨੂੰ ਪੜ੍ਹਨਾ ਹੈ ਸਭ ਤੋਂ ਪਹਿਲਾਂ ਤੁਸੀਂ 3 ਵਾਰ ਦਰود پاک پڑھ ਲੈਣਾ ਹੈ ਜਿਹੜਾ ਵੀ ਦਰود پاک ਤੁਹਾਨੂੰ ਆਉਂਦਾ ਹੋ ਸਭ ਤੋਂ ਛੋਟਾ ਦਰود پاک ਹੈ ਸੱਲੱਲਾਹੁ ਤਾਲਾ ਅਲੈਹਿ ਵਲ ਅਹਿਵ ਸੱਲਮ ਇਹ ਵੀ ਪੜ ਸਕਦੇ ਆ ਜਾਂ ਫਿਰ ਜਿਹੜਾ ਨਮਾਜ਼ ਵਿੱਚ ਦਰود ਇਬਰਾਹੀਮੀ ਪੜਿਆ ਜਾਂਦਾ ਉਹ ਵੀ ਪੜ ਸਕਦੇ ਆ ਜਿਹੜਾ ਵੀ ਦਰود پاک ਤੁਹਾਨੂੰ ਯਾਦ ਹੈ ਆਉਂਦਾ ਹੈ ਉਹ ਦਰود پاک ਤੁਸੀਂ ਪੜ ਸਕਦੇ ਆ ਉਸ ਤੋਂ ਬਾਅਦ 19 ਵਾਰ ਇਹ ਵਜ਼ੀਫਾ ਪੜਨਾ ਹੈ ਜਾਂ ਅਰ ਰਹਿਮਾਰ ਰਾਹਿਮੀਨ ਯਾ ਅਰਹਮਾਰ ਰਾਹਿਮੀਨ ਯਾ ਅਰਹਮਾਰ ਰਾਹਿਮੀਨ ਦੋਸਤੋ ਇਹ ਵਿਜ਼ੀਫਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖਿਆ ਹੋਇਆ ਵੀ ਮਿਲ ਜਾਵੇਗਾ ਹਰ ਰੋਜ਼ ਤੁਸੀਂ ਇਸ ਵਿਜ਼ੀਫੇ ਨੂੰ ਪੜਨਾ ਹੈ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਤੁਸੀਂ ਇਸ ਵਿਜ਼ੀਫੇ ਨੂੰ ਪੜ੍ਹ ਕੇ ਹੀ ਆਪਣੇ ਕੰਮ ਕਰਦੇ ਜਾਣਾ ਹੈ ਤੁਸੀਂ ਦੇਖੋਗੇ ਕਿ ਥੋੜੇ ਜਿਹੇ ਦਿਨਾਂ ਦੇ ਵਿੱਚ ਤੁਹਾਨੂੰ ਇਸ ਵਿਜ਼ੀਫੇ ਦੀ ਤਾਕਤ ਇਸ ਵਜ਼ੀਫੇ ਤੇ ਚਮਤਕਾਰ ਦਿਖਾਈ ਦੇਣ ਲੱਗ ਜਾਵੇਗਾ ਤੁਹਾਡੇ ਤੰਦੌਲਤ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਬਹੁਤ ਹੀ ਪਾਵਰਫੁਲ ਵਜ਼ੀਫਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਜਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸ ਤਰ੍ਹਾਂ ਦੇ ਗਲਮੇ ਮਦਰ ਪਾਰਟ ਜੀ ਆਪ ਨੂੰ ਦੇਖਦਾ ਰਹੋ ਜੀ ਵੀਡੀਓ ਦੇ ਵਿੱਚ